तलवाड़ा दे विद्रावन दे जंगलों चो पुलिस ने दो इंसानी कंकाल बरामद किए जिस नाल इलाके विच दहशत का माहौल बनिया होया है। वन विभाग के गार्ड पवन ने दसिया कि उन्हां दी लेवर ऐतवार उक्त जंगलों विच काम कर रही सी ते उन्हां नूं उत्थे एक बांस के बूटे थले दो इंसानी कंकाल दिखाई दिते ते जिस तों बाद तुरंत तलवाड़ा पुलिस नूं सूचित किया। मौके पर पहुंचे SHO तलवाड़ा अजमेर सिंह, DSP दसूहा रणजीत सिंह ते पुलिस पार्टी ने इंसानी कंकाला अते उना दे आले दुआले पे समान अपनी हिरासत विच लै के अगली कार्रवाई शुरू कर दिती है। मौके ते जदों DSP दसूहा रणजीत सिंह नाल इंसानी कंकाला बारे गलबात कीती गई तां उना दा कहना है कि कंकाल उक्त जगह ते लंबे अरसे तों पे होए सन अते बाकी पुलिस वल्लों मामला दर्ज करके अगली कार्रवाई शुरू कर दिती गई है। ਪਬਲਿਕ ਸਪੋਰਟ ਨਿਊਜ਼ ਫੋਕਸ ਬਿਊਰੋ ਦੇ ਨਾਲ ਤਲਵਾੜਾ ਤੋਂ ਮੁਕੇਸ਼ ਸ਼ਰਮਾ ਦੀ ਰਿਪੋਰਟ। ਅੰਸਰ ਸਵੇਰ ਸੀ ਗਸ਼ਤ ਕਰ ਰਹੇ ਸੀ, ਮੇਰੇ ਨਾਲ ਕਾਫੀ ਲੇਬਰ ਦੇ ਵਰਕਰ ਵੀ ਸੀ, ਕੰਮ ਵਗੈਰਾ ਸੀ, ਪਲਾਂਟੇਸ਼ਨ ਦਾ ਕੰਮ ਸਾਡੇ ਚੱਲਦੇ ਆ। ਉਹਦੇ ਦੌਰਾਨ ਅਸੀਂ ਦੇਖਿਆ ਕਿ ਮਤਲਬ ਇੱਥੇ ਸਾਨੂੰ ਕੰਕਾਲ ਦੋ ਮਿਲੇ, ਕੁਛ ਨਾਲ ਮਾਸ ਵਗੈਰਾ ਤਾਂ ਹੈ ਨਹੀਂ ਸੀ, ਉਦਾਂ ਹੀ ਇੱਕ ਸਕੈਲਟਨ ਟਾਈਪ। ਉਸ ਤੋਂ ਬਾਅਦ ਮੇਰੇ ਵੱਲੋਂ ਜਾ ਕੇ ਫੌਰਨ ਹੀ ਜਿਹੜਾ ਪੁਲਿਸ ਥਾਣੇ ਤਲਵਾੜੇ ਇਤਲਾਹ ਕੀਤੀ ਗਈ। ਉਸ ਤੋਂ ਬਾਅਦ ਮੌਕਾ ਪੁਲਿਸ ਵੱਲੋਂ ਮੌਕਾ ਤੁਹਾਡੇ ਸਾਹਮਣੇ ਹੀ ਦੇਖਿਆ ਗਿਆ। ਜਾਂਚ ਜਦੋਂ ਤੁਸੀਂ ਇੱਥੇ ਰੋਜ਼ਾਨਾ ਗਸ਼ਤ ਕਰਦੇ ਹੋ ਉਹਦੇ ਵਿੱਚ ਕਦੀ ਨਹੀਂ ਪਾਇਆ ਗਿਆ? ਨਹੀਂ ਨਹੀਂ, ਪਹਿਲੇ ਰੈਗੂਲਰ ਦੇਖੋ ਜੀ, ਜੰਗਲ ਬਹੁਤ ਵੱਡਾ ਹੈ, ਬਹੁਤ ਵੱਡਾ ਜੰਗਲ, ਇਸ ਕਰਕੇ ਰੈਗੂਲਰ ਇੱਕ ਜਗ੍ਹਾ 'ਤੇ ਨਹੀਂ ਆਇਆ ਜਾ ਸਕਦਾ। ਵੈਸੇ ਵੀ ਸਾਡੀ ਗਸ਼ਤ ਮੋਸਟਲੀ ਚੱਲਦੀ ਰਹਿੰਦੀ ਹੈ ਜਿਹੜੇ ਚੱਲਦੇ ਰਸਤੇ 'ਚ, ਇੱਥੇ ਤਾਂ ਜਦੋਂ ਕੰਮ ਦੀ ਲੋੜ ਹੁੰਦੀ ਉਦੋਂ ਹੀ ਪਹੁੰਚ। ਇਹ ਮੌਕਾ ਦੇਖਿਆ ਗਿਆ ਮੇਰੇ ਵੱਲੋਂ ਆ ਕੇ, ਪਹਿਲਾਂ SHO ਨੂੰ ਵੀ ਮੌਕਾ ਦੇਖਿਆ ਅਤੇ ਮਤਲਬ ਵੀ ਉਹ ਕਿਉਂਕਿ ਡੈੱਡ ਬੋਡੀ ਤਾਂ ਨਹੀਂ ਹੈਗੀ, ਕੋਈ ਮਾਸ ਦਾ ਕੋਈ ਟੁਕੜਾ ਤਾਂ ਨਾਲ ਹੈ ਨਹੀਂ, ਸਿਰਫ ਉਹ ਕੰਕਾਲ ਹੈ, ਸਕੈਲਟਨ ਹੈ। ਇਸ ਨੂੰ ਇਸ ਸਟੇਜ 'ਤੇ ਕੁਛ ਨਹੀਂ ਕਿਹਾ ਜਾ ਸਕਦਾ। ਆਫਟਰ ਕਨੈਕਟਿੰਗ ਪੋਸਟਮਾਰਟਮ ਵੀ ਵਿਲ ਬੀ ਏਬਲ ਟੂ ਸੇ ਸਮਥਿੰਗ। ਸਰ ਕਿੰਨੀ ਕੁ ਦੇਰ ਲੱਗਦੀ ਤੁਹਾਨੂੰ ਕਿ ਕਿੰਨੀ ਕੁ ਦੇਰ ਪਹਿਲਾਂ ਇਹਨਾਂ ਨੇ ਜਿਹੜੀ ਇਹ ਤਾਂ ਕੋਈ ਕਮੈਂਟ ਨਹੀਂ ਕੀਤਾ ਜਾ ਸਕਦਾ ਆਫਟਰ ਪੋਸਟਮਾਰਟਮ ਰਿਪੋਰਟ। ਕਿਸ ਏਰੀਆ 'ਚ ਸਰ ਕੋਈ ਮਿਸਿੰਗ ਰਿਪੋਰਟ ਵਗੈਰਾ ਹੋਏ ਇਸ ਤਰ੍ਹਾਂ ਦੇ? ਰੀਸੈਂਟਲੀ ਨਹੀਂ ਹੈ, ਕੋਈ ਪਹਿਲੇ ਦੀ ਹੋਵੇ, ਕੋਈ ਸਾਲ ਪੁਰਾਣੀ। ਉਹਨੂੰ ਉਸ ਗੱਲ ਨੂੰ ਵੈਰੀਫਾਈ ਕਰ ਰਹੇ ਹਾਂ।